ਸਿੱਖ ਰਾਈਡਰਸ ਵੱਲੋਂ ਟੈਕਸਾਸ ਵਿਖੇ ਚੌਥੀ ਬਾਈਕ ਰੈਲੀ ਕੱਢੀ ਗਈ ਜਿਸ ਵਿੱਚ ਕਲੱਬ ਦੇ ਮੈਂਬਰਾਂ ਨੇ ਸੋਹਣੀਆਂ ਦਸਤਾਰਾਂ ਸਜਾ ਕੇ ਹਾਜ਼ਰੀ ਭਰੀ। ਇਸ ਬਾਈਕ ਰੈਲੀ ਨੇ ਕੀ ਸੁਨੇਹਾ ਦਿੱਤਾ ਸਭ ਨੂੰ ਜਾਣਦੇ ਹਾਂ ਨੀਟਾ ਮਾਚੀਕੇ ਦੀ ਇਸ ਰਿਪੋਰਟ ਦੇ ਵਿੱਚ। ਝੂਲਦੇ ਹੀ ਰਹਿਣਗੇ ਨਿਸ਼ਾਨ ਕੇਸਰੀ, ਖਾਲਸੇ ਨੂੰ ਮਿਲੀ ਪਹਿਚਾਨ ਕੇਸਰੀ। ਸਿੱਖ ਰਾਈਡਰਸ ਕਲੱਬ ਆਫ ਅਮੈਰੀਕਾ ਨਾਮੀ ਮੋਟਰਸਾਈਕਲ ਕਲੱਬ ਬੇਕਰਸਫੀਲਡ ਦੇ ਵਿਸਕਾਨਸਿਨ ਗੁਰੂ ਘਰ ਵਿਖੇ ਨਸਲੀ ਹਮਲੇ ਤੋਂ ਬਾਅਦ ਹੋਂਦ 'ਚ ਆਇਆ ਸੀ। ਇਸ ਗਰੁੱਪ ਵੱਲੋਂ ਅਮੈਰੀਕਾ ਦੇ ਵੱਖੋ ਵੱਖ ਸ਼ਹਿਰਾਂ 'ਚ ਪਹੁੰਚ ਕੇ ਅਮੈਰੀਕਨ ਲੋਕਾਂ ਨੂੰ ਸਿੱਖ ਪਹਿਚਾਣ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ। ਹਰ ਸਾਲ ਸਿੱਖ ਰਾਈਡਰਸ ਵੱਲੋਂ ਅਮੈਰੀਕਨ ਲੋਕਾਂ ਦੇ ਵੱਖੋ ਵੱਖ ਸਮਾਗਮਾਂ 'ਚ ਪਹੁੰਚ ਕੇ ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਵੀ ਕੀਤੇ ਜਾਂਦੇ ਨੇ। ਇਸੇ ਤਹਿਤ ਹੀ ਲੰਘੇ ਦਿਨ ਬੈਡਫੋਰਡ ਟੈਕਸਾਸ ਵਿਖੇ ਸਿੱਖ ਰਾਈਡਰਸ ਆਫ ਅਮੈਰੀਕਾ ਦੇ ਕਾਰਕੁਨਾਂ ਵੱਲੋਂ ਸ਼ਾਨਦਾਰ ਚੌਥੀ ਸਾਲਾਨਾ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ 'ਚ ਕਿ ਵੱਡੀ ਗਿਣਤੀ 'ਚ ਸਭ ਨੇ ਹਾਜ਼ਰੀ ਭਰੀ। ਇਸ ਰੈਲੀ 'ਚ 500 ਦੇ ਕਰੀਬ ਅਮੈਰੀਕਨ ਲੋਕਾਂ ਨੇ ਸ਼ਿਰਕਤ ਕੀਤੀ ਅਤੇ 5 ਲੋਕਲ ਚੈਰਿਟੀਆਂ ਲਈ $8,000 ਫੰਡ ਇਕੱਤਰ ਵੀ ਕੀਤਾ ਗਿਆ। ਚੜ੍ਹਤਾਂ 'ਚ ਰਹਿ ਕੇ ਵੀ ਸਿੱਧਕ ਛੱਡੇ ਨਾ, ਅਫਗਾਨ ਤੱਕ ਖਾਲਸੇ ਨੇ ਝੰਡੇ ਗੱਡੇ ਤਾਂ ਚੜ੍ਹਤਾਂ 'ਚ ਰਹਿ ਕੇ ਵੀ ਸਿੱਧਕ ਛੱਡੇ ਨਾ, ਅਫਗਾਨ ਤੱਕ ਖਾਲਸੇ ਨੇ ਝੰਡੇ ਗੱਡੇ ਤਾਂ। ਸੱਚਮੁੱਚੀ ਸਿੱਖ ਰਾਈਡਰਸ ਆਫ ਅਮੈਰੀਕਾ ਦਾ ਉਪਰਾਲਾ ਸ਼ਲਾਘਾਯੋਗ ਹੈ। ਇਸ ਸਦਕਾ ਸਮੂਹ ਨੂੰ ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ ਪਤਾ ਲੱਗਦਾ ਹੈ ਅਤੇ ਭਰਮ ਭੁਲੇਖੇ ਵੀ ਦੂਰ ਹੁੰਦੇ ਨੇ। ਉਮੀਦ ਹੈ ਕਿ ਅਜਿਹੇ ਯਤਨਾਂ ਸਦਕਾ ਨਸਲੀ ਹਮਲਿਆਂ ਨੂੰ ਵੀ ਠੱਲ ਪਵੇਗੀ ਅਤੇ ਇੱਕ ਚੰਗਾ ਅਤੇ ਸਭ ਨੂੰ ਮਿਲ ਬੈਠ ਕੇ ਪਿਆਰ ਵੰਡਣ ਵਾਲਾ ਅਮੈਰੀਕਾ ਹੋਣ ਜਾਵੇਗਾ। ਹਿਊਸਟਨ ਟੈਕਸਸ ਤੋਂ ਨੀਟਾ ਮਾਸ਼ੀਕੀ ਦੀ ਰਿਪੋਰਟ, ਐਲਫਾ ਟੀ ਸੀ ਪੰਜਾਬੀ ਲਈ।